ਈਡਨ ਗਾਰਡਨ ਮੈਦਾਨ ਤੇ ਆਈਪੀਐਲ 2019 ਦਾ 6ਵਾਂ ਮੁਕਾਬਲਾ ਕਿੰਗਸ 11 ਪੰਜਾਬ ਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਗਿਆ, ਜਿਸ 'ਚ ਪੰਜਾਬ ਨੇ ਟੌਸ ਜਿੱਤ ਕੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਕੋਲਕਾਤਾ ਨਾਈਟ ਰਾਈਡਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ 219 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕਿੰਗਸ 11 ਪੰਜਾਬ ਦੀ ਟੀਮ 20 ਓਵਰਾਂ 'ਚ 190 ਦੌੜਾਂ ਹੀ ਬਣਾ ਸਕੀ। ਕੋਲਕਾਤਾ ਨੇ ਮੈਚ 28 ਦੌੜਾਂ ਦੇ ਨਾਲ ਜਿੱਤ ਲਿਆ। ਕੋਲਕਾਤਾ ਨਾਈਟ ਰਾਈਡਰਸ ਟੀਮ ਵੱਲੋਂ ਰਾਣਾ ਨੇ ਧਮਾਕੇਦਾਰ ਪਾਰੀ ਖੇਡਦਿਆਂ ਹੋਇਆ 30 ਗੇਂਦਾਂ 'ਚ 63 ਦੌੜਾਂ ਬਣਾਈਆਂ, ਜਿਸ 'ਚ 2 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਇਸ ਦੇ ਨਾਲ ਹੀ ਆਂਦਰੇ ਰਸਲ ਨੇ 17 ਗੇਂਦਾਂ 'ਚ 48 ਦੌੜਾਂ ਬਣਾਈਆਂ, ਜਿਸ 'ਚ 3 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਦੱਸ ਦਈਏ ਕਿ ਇਸ ਮੈਚ ਦੇ ਪਲੇਅਰ ਆਫ ਦਾ ਮੈਚ ਆਂਦਰੇ ਰਸਲ ਰਹੇ। ਆਂਦਰੇ ਰਸਲ ਨੇ 19ਵੇਂ ਓਵਰ ਦੇ ਵਿੱਚ ਸ਼ਮੀ ਦੀ ਗੇਂਦ ਤੇ ਲਗਾਤਾਰ 3 ਛੱਕੇ ਅਤੇ 1 ਚੌਕਾ ਲਾਇਆ। ਇਸ ਓਵਰ ਦੇ ਵਿੱਚ ਕੁੱਲ 25 ਰਨ ਬਣੇ। ਭਾਰਤੀ ਸਮੇਂ ਦੇ ਅਨੁਸਾਰ ਅੱਜ ਰਾਤ 8 ਵਜੇ ਰੋਇਲ ਚੈਲੰਜਰਸ ਬੈਂਗਲੋਰ ਅਤੇ ਮੁੰਬਈ ਇੰਡੀਅਨਸ ਦੇ ਵਿੱਚ ਬੈਂਗਲੋਰ ਦੇ ਐਮ ਚਿਮਾ ਸਟੇਡੀਅਮ 'ਚ 7ਵਾਂ ਮੁਕਾਬਲਾ ਖੇਡਿਆ ਜਾਵੇਗਾ। ਦੱਸ ਦਈਏ ਕਿ ਦੋਨੇ ਟੀਮਾਂ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਨੇ। ਇਹ ਮੁਕਾਬਲਾ ਦੋਨਾਂ ਟੀਮਾਂ ਲਈ ਮਹੱਤਵਪੂਰਨ ਹੋਵੇਗਾ, ਕਿਉਂਕਿ ਰੋਇਲ ਚੈਲੰਜਰਸ ਬੈਂਗਲੁਰੂ 6ਵੇਂ ਅਤੇ ਮੁੰਬਈ ਇੰਡੀਅਨਸ 8ਵੇਂ ਸਥਾਨ ਤੇ ਹੈ। ਇਸ ਮੈਚ ਦੇ ਵਿੱਚ ਵਿਰਾਟ ਕੋਹਲੀ, ਯੁਵਰਾਜ ਸਿੰਘ, ਰੋਹਿਤ ਸ਼ਰਮਾ ਅਤੇ ਏਬੀ ਡਿਵੀਲੀਅਰਸ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਨੇ। ਇਸ ਮੈਚ ਦਾ ਸਿੱਧਾ ਪ੍ਰਸਾਰਣ ਭਾਰਤੀ ਸਮੇਂ ਦੇ ਅਨੁਸਾਰ ਰਾਤ 8 ਵਜੇ ਕੀਤਾ ਜਾਵੇਗਾ। ਆਈਪੀਐਲ ਸੀਜ਼ਨ 12 ਦੇ ਹਰ ਮੈਚ ਦੀ ਲੇਟੈਸਟ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਬਿਊਰੋ ਰਿਪੋਰਟ, ਟੀਵੀ ਐਨਆਰਆਈ ਸਪੋਰਟਸ।